ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣਿਆਤੀ ਅੱਜ ਸੀ ਆਪ ਸਭ ਨੂੰ ਪੈਗੰਬਰ ਹਜਰਤ ਸੁਲੇਮਾਨ ਜੀ ਦਾ ਇੱਕ ਰੱਖਿਆ ਕਵਚ ਦੱਸਣ ਜਾ ਰਹੇ ਹਾਂ حضرت پیغمبر سلیمان ایک بہت بڑی ہستی ہوئے ہیں یہ انہاں دا منتر ہے رکشا کوج ہے یہ رکشا کوج بہت ہی زیادہ شکتی شالی ہے بڑے بڑے جپ تپ کرنے والے 41 چлле کرنے والے اس سرکشا کوج دا زیادہ استعمال کردے ہن اس نو زیادہ پریوگ وچ لے اون دے ہن یہ بہت ہی شکتی شالی ہے ਪੈਗੰਬਰ ਹਜ਼ਰਤ ਸੁਲੇਮਾਨ ਦਾ ਬੇਟਾ ਪਹਿਰੋ ਜਤੀ ਹੈ ਜੋ ਕਿ ਲਖ ਦਾਤਾ ਸਖੀ ਸਰਵਰ ਲਖ ਦਾਤਾ ਜੀ ਦਾ ਸੇਵਕ ਹੈ ਉਹਨਾਂ ਦਾ ਆਗਵਾਨ ਹੈ ਪਹਿਰੋ ਜਤੀ ਪਹਿਰੋ ਜਤੀ ਹਜ਼ਰਤ ਪੈਗੰਬਰ ਸੁਲੇਮਾਨ ਦਾ ਬੇਟਾ ਹੈ ਜੋ ਕਿ ਬਹੁਤ ਹੀ ਬਲੀ ਔਰ ਸ਼ਕਤੀਸ਼ਾਲੀ ਹੈ ਔਰ ਹਜ਼ਰਤ ਸੁਲੇਮਾਨ ਪੈਗੰਬਰ ਬਹੁਤ ਹੀ ਜ਼ਿਆਦਾ ਤਾਕਤਵਾਰ ਸ਼ਕਤੀਸ਼ਾਲੀ ਹਨ ਪਰ ਉਹਨਾਂ ਦਾ ਇਹ ਰੱਖਿਆ ਕਵਚ ਹੈ ਤੁਹਾਨੂੰ ਇਹ ਰੱਖਿਆ ਕਵਚ ਅਸੀਂ ਬੋਲ ਕੇ ਦੱਸ ਰਹੇ ਹਾਂ ਔਰ ਡਿਸਕ੍ਰਿਪਸ਼ਨ ਵਿੱਚ ਲਿਖਤੀ ਰੂਪ ਵਿੱਚ ਵੀ ਮਿਲ ਜਾਵੇਗਾ ਔਰ ਸਕਰੀਨ ਤੇ ਵੀ ਤੁਹਾਨੂੰ ਲਿਖਤੀ ਰੂਪ ਵਿੱਚ ਮਿਲ ਜਾਵੇਗਾ ਪਹਿਲਾਂ ਤੁਹਾਨੂੰ ਇਹ ਰੱਖਿਆ ਕਵਚ ਬੋਲ ਕੇ ਦੱਸਦੇ ਹਾਂ ਫਿਰ ਤੁਹਾਨੂੰ ਇਸ ਦੀ ਵਿਧੀ ਔਰ ਪ੍ਰਯੋਗ ਦੱਸਾਂਗੇ ਕਿਸ ਤਰ੍ਹਾਂ ਕਰਨਾ ਹੈ ਪਹਿਲਾਂ ਰੱਖਿਆ ਕਵਚ ਸੁਣ ਲਵੋ ਔਰ ਇਸ ਤਰ੍ਹਾਂ ਹੈ ਬਿਸਮਿਲ੍ਲਾ ਆਇਤਲ ਕੁਰਸੀ ਕਕਸ਼ ਕੁਰਾਨ ਅੱਗੇ ਪਿੱਛੇ ਤੂ ਰਹਿਮਾਨ ਧੜ ਰੱਖੇ ਖੁਦਾ ਸਿਰ ਰੱਖੇ ਸੁਲੇਮਾਨ ਇਹ ਰਕਸ਼ਾ ਕਵਚ ਹੈ ਜੋ ਕਿ ਦੋ ਲਾਈਨਾਂ ਦਾ ਹੈ ਬਹੁਤ ਛੋਟਾ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ ਔਰ ਇੱਕ ਵਾਰੀ ਫਿਰ ਤੁਹਾਨੂੰ ਬੋਲ ਕੇ ਦੱਸ ਦਿੰਦੇ ਹਾਂ ਬਿਸਮਿਲ੍ਲਾ ਆਇਤਲ ਕੁਰਸੀ ਕਕਸ਼ ਕੁਰਾਨ ਅੱਗੇ ਪਿੱਛੇ ਤੂ ਰਹਿਮਾਨ ਧੜ ਰੱਖੇ ਖੁਦਾ ਸਿਰ ਰੱਖੇ ਸੁਲੇਮਾਨ ਇਹ ਹਜ਼ਰਤ ਪੈਗੰਬਰ ਸੁਲੇਮਾਨ ਜੀ ਦਾ ਬਹੁਤ ਹੀ ਸ਼ਕਤੀਸ਼ਾਲੀ ਰੱਖਿਆ ਕਵਚ ਹੈ ਇਸ ਨੂੰ ਪਹਿਲਾਂ ਸੁਣ ਲਵੋ ਕਿ ਇਸ ਦੀ ਵਿਧੀ ਕੀ ਹੈ ਦੋਸਤੋ ਇਸ ਨੂੰ ਤੁਸੀਂ 21 ਦਿਨ ਜਾਂ 11 ਦਿਨਾਂ ਦੇ ਵਿੱਚ ਸਿੱਧ ਕਰ ਸਕਦੇ ਹੋ 11 ਦਿਨ 108 ਵਾਰੀ ਇਸ ਨੂੰ ਪੜਨਾ ਹੈ ਇਸ ਦਾ ਜਾਪ ਕਰਨਾ ਹੈ ਤੁਸੀਂ 108 ਵਾਰੀ ਪੜਨਾ ਹੈ ਔਰ ਇਸ ਲਈ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਾਲਾ ਜਾਂ ਤਸਵੀ ਲੈ ਸਕਦੇ ਹੋ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਜਦੋਂ 108 ਵਾਰੀ ਹੋਣਾ ਹੈ ਔਰ ਤੁਹਾਨੂੰ ਪਤਾ ਲੱਗ ਜਾਵੇ ਕਿ 108 ਵਾਰੀ ਹੋ ਗਿਆ ਹੈ ਜਾਂ ਫਿਰ ਤੁਸੀਂ ਆਪਣੇ ਹੱਥਾਂ ਦੀਆਂ ਉਂਗਲਾਂ ਤੇ 108 ਵਾਰੀ ਇਸ ਦਾ ਯਾਪ ਕਰ ਸਕਦੇ ਹੋ ਔਰ 108 ਵਾਰੀ ਹੀ ਕਰਨਾ ਹੈ ਔਰ 11 ਦਿਨ ਇਸ ਦਾ ਯਾਪ ਕਰਨਾ ਹੈ ਔਰ ਜਾਂ ਫਿਰ ਤੁਸੀਂ 21 ਦਿਨ ਕਰ ਸਕਦੇ ਹੋ ਔਰ 21 ਦਿਨਾਂ ਦੇ ਵਿੱਚ ਸਪੂਰਨ ਇਸ ਦੀ ਸਿੱਧੀ ਮਿਲ ਜਾਵੇਗੀ ਇਹ ਪੂਰਨ ਤੌਰ ਤੇ ਸਿੱਧ ਹੋ ਜਾਵੇਗਾ ਔਰ ਤੁਸੀਂ ਇਸ ਨੂੰ ਜੋ ਤੁਹਾਡੇ ਘਰ ਵਿੱਚ ਜਿੱਥੇ ਵੀ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਇਸ ਨੂੰ ਕਰ ਸਕਦੇ ਹੋ ਜਿੱਥੇ ਜੋਤ ਜਗਾਉਂਦੇ ਹੋ ਜੇਕਰ ਤੁਹਾਡੇ ਘਰ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤਾਂ ਤੁਸੀਂ ਕਿਸੇ ਸਾਫ਼ ਸੁਥਰੇ ਕਮਰੇ ਵਿੱਚ ਬੈਠ ਕੇ ਕਰ ਸਕਦੇ ਹੋ ਔਰ ਜਗਾ ਤੁਹਾਡੀ ਇੱਕੋ ਹੋਣੀ ਚਾਹੀਦੀ ਹੈ ਟਾਈਮ ਵੀ ਤੁਹਾਡਾ ਇੱਕੋ ਹੋਣਾ ਚਾਹੀਦਾ ਹੈ ਔਰ ਟਾਈਮ 9 ਵਜੇ ਤੋਂ ਔਰ 10 ਵਜੇ ਦੇ ਵਿੱਚਕਾਰ ਤੁਸੀਂ ਇਸ ਨੂੰ ਸਿੱਧ ਕਰ ਸਕਦੇ ਹੋ 9 ਸ਼ਾਮ ਨੂੰ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਇਸ ਨੂੰ ਤੁਸੀਂ ਸਿੱਧ ਕਰ ਸਕਦੇ ਹੋ ਔਰ ਤੁਸੀਂ ਇਸ ਨੂੰ ਜ਼ਮੀਨ ਤੇ ਬੈਠ ਕੇ ਹੀ ਸਿੱਧ ਕਰਨਾ ਹੈ ਜਮੀਨ ਤੇ ਬੈਠ ਕੇ ਕੁਝ ਥਾਂ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ 11 ਦਿਨ ਜਾਂ 21 ਦਿਨ ਬੈਠਣਾ ਹੈ ਔਰ ਦੋਸਤੋ ਸਾਫ ਸੁਥਰਾ ਕਮਰਾ ਹੋਣਾ ਚਾਹੀਦਾ ਹੈ ਥੱਲੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸਾਫ ਕੱਪੜਾ ਵਿਛਾ ਸਕਦੇ ਹੋ ਔਰ ਨਹਾ ਧੋ ਕੇ ਬੈਠਣਾ ਹੈ ਔਰ ਫਿਰ ਇਸ ਦਾ ਸ਼ਬਦ ਦਾ ਜਾਪ ਕਰਨਾ ਹੈ ਕੋਲ ਤੁਸੀਂ ਆਪਣੇ ਅਰਗਬਤੀਆਂ ਤੋਖਾ ਸਕਦੇ ਹੋ ਪੰਜ ਅਰਗਬਤੀ ਜਾਂ ਕੋਈ ਵੀ ਖੁਸ਼ਬੂਦਾਰ ਚੀਜ਼ ਜਾਂ ਲੁਬਾਨ ਤੁਸੀਂ ਤੋਖਾ ਸਕਦੇ ਹੋ ਕਮਰੇ ਦੇ ਵਿੱਚ ਔਰ ਤੁਸੀਂ ਇਸ ਨੂੰ ਸਿੱਧ ਕਰਨ ਦੇ ਟਾਈਮ ਜਦੋਂ 11 ਦਿਨ ਜਾਂ 21 ਦਿਨ ਪੂਰੇ ਹੋ ਜਾਣ ਇਹ ਤੁਸੀਂ ਦੇਖਣਾ ਹੈ 21 ਦਿਨਾਂ ਦੇ ਵਿੱਚ ਵੀ ਇਸ ਦੀ ਸਿੱਧੀ ਮਿਲ ਜਾਂਦੀ ਹੈ ਔਰ 11 ਦਿਨਾਂ ਦੇ ਵਿੱਚ ਵੀ ਇਸ ਦੀ ਸਿੱਧੀ ਮਿਲ ਜਾਂਦੀ ਹੈ ਔਰ 21 ਦਿਨਾਂ ਦੇ ਵਿੱਚ ਪੂਰਨ ਤੌਰ ਤੇ ਇਸ ਦੀ ਮੁਕੰਮਲ ਸਿੱਧੀ ਮਿਲ ਜਾਂਦੀ ਹੈ ਔਰ ਤੁਸੀਂ 21 ਦਿਨਾਂ ਬਾਅਦ ਇਸ ਸ਼ਬਦ ਨੂੰ ਇਸ ਪਾਠ ਨੂੰ ਪੜ੍ਹ ਕੇ 21 ਦਿਨਾਂ ਬਾਅਦ ਜਦੋਂ 21 ਦਿਨ ਪੂਰੇ ਹੋ ਜਾਣ ਕਿਸੇ ਪੀਰ ਦੀ ਦਰਗਾਹ ਤੇ ਜਾ ਕੇ ਉੱਥੇ ਇੱਕ ਚਾਦਰ ਇੱਕ ਲੱਡੂਆਂ ਦਾ ਡੱਬਾ ਜਾਂ ਕੋਈ ਫੁੱਲੀਆਂ ਜਾਂ ਮਿੱਠਾ ਪ੍ਰਸ਼ਾਦ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਾਂ ਪੰਜ ਲੱਡੂ ਚੜਾ ਸਕਦੇ ਹੋ ਔਰ ਚੜਾ ਕੇ ਉੱਥੇ ਭੋਗ ਲਾ ਕੇ ਦਰਬਾਰ ਤੇ ਤੁਸੀਂ ਚਾਦਰ ਚੜਾਉਣੀ ਹੈ ਚਾਦਰ ਔਰ ਪ੍ਰਸ਼ਾਦ ਦਾ ਭੋਗ ਲਾਉਣਾ ਹੈ ਔਰ ਫਿਰ ਤੁਸੀਂ ਅਰਦਾਸ ਕਰਨੀ ਹੈ ਕਿ ਇਹ ਹਜ਼ਰਤ ਸੁਲੇਮਾਨ ਪਗੰਬਰ ਜੋ ਮੈਂ ਇਸ ਦੀ ਸਿੱਧੀ ਕੀਤੀ ਹੈ ਤੁਹਾਡੇ ਪਾਠ ਦੀ ਇਸ ਵਿੱਚ ਮੈਨੂੰ ਕਾਮਯਾਬੀ ਬਖਸ਼ੋ ਔਰ ਆਪਣਾ ਭੋਗ ਤੁਸੀਂ ਮਨਜ਼ੂਰ ਕਰੋ ਰਹਿਮਤਾ ਕਰੋ ਔਰ ਆਖਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰਨਾ ਹੈ ਔਰ ਜਦੋਂ ਸ਼ੁਰੂ ਕਰਨਾ ਹੈ ਉਸ ਵੇਲੇ ਵੀ ਤੁਸੀਂ ਹਜ਼ਰਤ ਸੁਲੇਮਾਨ ਪਗੰਬਰ ਦੀ ਯਾਦ ਕਰਕੇ ਉਹਨਾਂ ਦਾ ਨਾਮ ਲੈ ਕੇ ਤੁਸੀਂ ਸ਼ੁਰੂ ਕਰਨਾ ਹੈ ਅਰਦਾਸ ਕਰਨੀ ਹੈ ਕਿ ਅਸੀਂ ਸ਼ੁਰੂ ਕਰਨ ਲੱਗੇ ਆਂ ਸਾਨੂੰ ਇਸ ਵਿੱਚ ਕਾਮਯਾਬੀ ਮਿਲੇ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਹੈ ਇਹ ਪਾਠ ਹੈ ਉਹਨਾਂ ਦਾ ਔਰ ਤੁਸੀਂ ਇਸ ਨੂੰ ਜ਼ਰੂਰ ਪੜੋ ਕਿਉਂਕਿ ਇਸ ਦਾ ਬਹੁਤ ਜਿਆਦਾ ਫਾਇਦਾ ਹੈ ਇਸ ਦਾ ਜ਼ਰੂਰ ਜਾਪ ਕਰੋ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਹੁਣ ਤੁਸੀਂ ਇਸ ਦੀ ਵਿਧੀ ਸੁਣ ਲਈ ਹੈ ਔਰ ਇਸ ਦਾ ਜੋ ਪ੍ਰਯੋਗ ਕਰਨਾ ਹੈ ਉਹ ਤੁਹਾਨੂੰ ਦੱਸਣ ਲੱਗੇ ਹਾਂ ਕਿ ਕਿਸ ਤਰ੍ਹਾਂ ਕਰਨਾ ਹੈ ਦੋਸਤੋ ਜਦੋਂ 21 ਦਿਨ ਹੋ ਜਾਣ ਇਹ ਪਾਠ ਤੁਹਾਡਾ ਸਿੱਧ ਹੋ ਜਾਵੇ 21 ਦਿਨਾਂ ਬਾਅਦ ਤੁਸੀਂ ਜੇਕਰ ਕਿਸੇ ਵੀ ਥਾਂ ਤੇ ਜਾਣ ਲੱਗੇ ਹੋ ਸ਼ਮਸ਼ਾਨ ਘਾਟ ਵਿੱਚ ਜਾਂ ਕਿਸੇ ਡਰਾਵਣੀ ਥਾਂ ਤੇ ਤੁਸੀਂ ਚੱਲੇ ਹੋ ਤੁਹਾਨੂੰ ਡਰ ਲੱਗ ਰਿਹਾ ਹੈ ਤੁਹਾਡਾ ਦਿਲ ਭੈ ਖਾ ਰਿਹਾ ਹੈ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਹੈ ਤਾਂ ਤੁਸੀਂ ਇਸ ਸ਼ਬਦ ਨੂੰ 21 ਵਾਰੀ ਪੜ ਲਵੋ 21 ਵਾਰੀ ਪੜ ਕੇ ਆਪਣੇ ਦੋਵਾਂ ਹੱਥਾਂ ਤੇ ਫੂਕ ਮਾਰੋ ਔਰ ਆਪਣੇ ਪੂਰੇ ਸਰੀਰ ਤੇ ਇਸ ਨੂੰ ਫੇਰ ਲਓ ਹੱਥਾਂ ਨੂੰ ਔਰ ਤੁਹਾਡਾ ਰੱਖਸ਼ਾ ਕਵਚ ਹੋ ਜਾਵੇਗਾ ਔਰ ਦੂਸਰਾ ਤਰੀਕਾ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਿੱਧੀ ਕਰ ਰਹੇ ਹੋ ਤੁਸੀਂ ਚਿਲਾ ਕਰ ਰਹੇ ਹੋ ਜੇਕਰ ਤੁਹਾਨੂੰ ਡਰ ਭੈ ਲੱਗ ਰਿਹਾ ਹੈ ਤਾਂ ਤੁਸੀਂ ਇੱਕ ਜੋ ਕਿ ਬਿਨਾਂ ਪ੍ਰਯੋਗ ਕੀਤਾ ਹੋਇਆ ਚਾਕੂ ਲੈਣਾ ਹੈ ਚਾਕੂ ਜੋ ਕਿ ਪ੍ਰਯੋਗ ਵਿੱਚ ਨਹੀਂ ਹੋਣਾ ਚਾਹੀਦਾ ਨਵਾਂ ਹੋਣਾ ਚਾਹੀਦਾ ਉਸ ਚਾਕੂ ਨੂੰ ਤੁਸੀਂ ਲੈ ਕੇ ਉਸ ਤੇ 21 ਵਾਰੀ ਇਸ ਸ਼ਬਦ ਨੂੰ ਪੜ੍ਹ ਕੇ ਇਸ ਮੰਤਰ ਨੂੰ ਪੜ੍ਹ ਕੇ ਉਸ ਚਾਕੂ ਤੇ ਫੂਕ ਮਾਰੋ ਔਰ ਉਸ ਚਾਕੂ ਨੂੰ ਆਲੇ ਦੁਆਲੇ ਆਪਣੇ ਉਸ ਦਾ ਇੱਕ ਘੇਰਾ ਬਣਾ ਲਓ ਔਰ ਉਸ ਘੇਰੇ ਦੇ ਵਿੱਚ ਬੈਠ ਕੇ ਤੁਸੀਂ ਕੋਈ ਵੀ ਜਿੰਨਾ ਮਰਜੀ ਖਤਰਨਾਕ ਜੋ ਵੀ ਤੁਸੀਂ ਜਾਪ ਕਰੋਗੇ ਜਾਂ ਕਿਸੇ ਵੀ ਕੋਈ ਵੀ ਚੀਜ਼ ਹੈ ਉੱਥੇ ਡਰਾਮਣੀ ਚੀਜ਼ ਹੈ ਬੁਰੀ ਸ਼ਕਤੀ ਹੈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕੇਗੀ ਕਿਉਂਕਿ ਤੁਸੀਂ ਉਸ ਸੁਰੱਖਿਆ ਕਵਚ ਤੇ ਅੰਦਰ ਬੈਠੇ ਹੋਵੋਗੇ ਔਰ ਦੋਸਤੋ ਇਹ ਘੇਰਾ ਹੈ ਇਸ ਤਰ੍ਹਾਂ ਘੇਰਾ ਵੀ ਲਾਇਆ ਜਾਂਦਾ ਹੈ ਜਿਸ ਨੂੰ ਕੀਲ ਵੀ ਕਹਿੰਦੇ ਹਨ ਤੁਸੀਂ ਉਸ ਵਿੱਚ ਬੈਠ ਕੇ ਵੀ ਪਾਠ ਪੂਜਾ ਜਾਪ ਧਪ ਕਰ ਸਕਦੇ ਹੋ ਔਰ ਦੋਸਤੋ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਸਾਹਮਣੇ ਕੋਈ ਾਤੂਗਰ ਹੈ ਜਾਂ ਤੁਹਾਡੇ ਨਾਲ ਸ਼ਰਾਰਤ ਕਰ ਰਿਹਾ ਹੈ ਤਾਂ ਉਸ ਟਾਈਮ ਵੀ ਤੁਸੀਂ 21 ਵਾਰੀ ਪੜ੍ਹ ਕੇ ਆਪਣੇ ਹੱਥਾਂ ਤੇ ਫੂਕ ਮਾਰ ਕੇ ਆਪਣੇ ਸਰੀਰ ਤੇ ਹੱਥਾਂ ਨੂੰ ਫੇਰ ਲਵੋ ਤਾਂ ਤੁਸੀਂ ਇੱਕ ਰੱਖਸ਼ਾ ਕਵਚ ਦੇ ਘੇਰੇ ਦੇ ਅੰਦਰ ਹੋ ਜਾਵੋਗੇ ਤੁਹਾਨੂੰ ਕਿਸੇ ਵੀ ਾਤੂਗਰ ਦੀ ਕੋਈ ਵੀ ਸ਼ਰਾਰਤ ਤੰਗ ਪ੍ਰੇਸ਼ਾਨ ਨਹੀਂ ਕਰੇ ਸਕੇਗੀ ਕਿਸੇ ਵੀ ਤਰ੍ਹਾਂ ਦੀ ਬੁਰੀ ਸ਼ਕਤੀ ਤੁਹਾਡੇ ਤੇ ਅਸਰ ਨਹੀਂ ਕਰੇਗੀ ਔਰ ਸੋਣ ਵੇਲੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਝਟਕੇ ਲੱਗਦੇ ਹਨ ਜਾਂ ਦਬਾਅ ਪੈਂਦਾ ਹੈ ਜਾਂ ਤੁਹਾਨੂੰ ਡਰ ਭੈ ਲੱਗਦਾ ਹੈ ਉਸ ਵੇਲੇ ਵੀ ਤੁਸੀਂ ਇਸ ਨੂੰ 21 ਵਾਰੀ ਪੜੋ 21 ਵਾਰੀ ਪੜ੍ਹ ਕੇ ਤੁਸੀਂ ਆਪਣੇ ਹੱਥਾਂ ਤੇ ਫੂਕ ਮਾਰ ਕੇ ਆਪਣੇ ਪੂਰੇ ਸਰੀਰ ਤੇ ਹੱਥ ਫੇਰ ਲਵੋ ਇਸ ਤਰ੍ਹਾਂ ਤੁਹਾਡੇ ਸਰੀਰ ਦਾ ਰੱਖਿਆ ਕਵਚ ਹੋ ਜਾਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਪਹਿ ਨਹੀਂ ਲੱਗੇਗਾ ਨਾ ਹੀ ਕਿਸੇ ਬੁਰੀ ਸ਼ਕਤੀ ਤੋਂ ਡਰ ਲੱਗੇਗਾ ਦੋਸਤੋ ਇਹ ਤੁਹਾਨੂੰ ਜੋ ਕਿ ਇੱਕ ਰੱਖਿਆ ਕਵਚ ਦੱਸਿਆ ਜੋ حضرت ਸੁਲੇਮਾਨ پیغمبر ਦਾ ਹੈ ਜੋ ਅਸੀਂ ਕਿਸੇ ਕਾਮਲ মুর্ਸ਼ਦ ਕੋਲੋਂ ਲਿਆ ਸੀ ਔਰ ਉਹਨਾਂ ਦੀਆਂ ਚੀਜ਼ਾਂ ਸੀ ਤੁਹਾਡੇ ਤੱਕ ਪਹੁੰਚ ਆ ਰਿਆਂ ਜੋ ਕਿ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਇਸ ਦਾ ਜ਼ਰੂਰ ਪ੍ਰਯੋਗ ਕਰੋ ਜੋ ਵੀ ਜਪ ਤੱਪ ਜਾਂ ਪਾਠ ਪੂਜਾ ਕਰਦਾ ਹੈ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪੈ ਲੱਗਦਾ ਹੈ ਤਾਂ ਇਹ ਸ਼ਬਦ ਸਾਰਿਆਂ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਰੱਖਿਆ ਕਵਚ ਇਹ ਓਖੇ ਵੇਲੇ ਵੀ ਸਾਡਾ ਸਾਥ ਦਿੰਦਾ ਹੈ ਸਾਨੂੰ ਬੁਰੀਆਂ ਸ਼ਕਤੀਆਂ ਤੋਂ ਬਚਾਉਂਦਾ ਹੈ ਸਾਡੇ ਸਰੀਰ ਦੀ ਰੱਖਿਆ ਕਰਦਾ ਹੈ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਸਾਰੇ ਦੋਸਤਾਂ ਨੂੰ ਸਾਰੇ ਦੋਸਤਾਂ ਨੂੰ ਸਲਾਮ ਔਰ ਦੋਸਤੋ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ